पर मैनू आ कपड़े घट जे लग रहे आ। 7-8 दिन लई मैं चलिया वा, तू 4 टी-शर्टां पैक करतियां, की गल? साडी मर्ज़ी। बेसिकली मेरीयां सिर्फ 4 टी-शर्टां होईयां ने, बाकी सारीयां घरे पवाणियां ने। ट्राय करियो ना फिर थोड़ी जी रात चो शॉपिंग कर लो। यस आय हाय। हां मैनू दा कदे कराई नहीं करो, कह के लै जांदे तेनू रात चो शॉपिंग करा दूं, आप जरूर कर लियो जाके। तेरी मां कदे कदे बहुत चंगी गल करदी। नहीं भाई देखो कपड़े थोड़े पूरे ने, 4 टी-शर्टां कढ लियां तुसीं 7 दिनां लई, ते 3 थोड़ियां शर्टां। शर्ट तां पैणी नहीं हैगी, 7 दिन हो गए। नहीं शर्ट नहीं पैणी, चल बाकी सारा समान पे छड़ दे, बाकी देखांगे। ए लै जो नाल, कई गरी लोड पै जांदी हुंदी आ। इस वारी तां बस मेरा आही समान आ, इहदे विच 4 कपड़े ने, इहदे विच टॉयलेटरीज ने, ते इहदे विच मेरा इलेक्ट्रॉनिक समान आ। इह तां यार फीलिंग नहीं आ रही कि मैं ट्रिप ते चलिया वां, वैसे मैं ट्रिप ते नहीं चलिया, मैं तां काम ते चलिया वां। क्यों जी? हां जी, तां ही कपड़े घट ने, आपां फीलिंग नहीं लैणी कि आपां ट्रिप ते चले आ। इह तां थोनू देख के लगूगा कि इह ट्रिप आ जां की आ, टिकड़ा है टड़ा टड़ा टड़ा। सानू वी पता लग ही जाणा वीडियोस देख के वी तुसीं किन्ना कि एंजॉय कीता इह ट्रिप। एंजॉय दा पूरा होणा क्या रण शेर, बस इक ही गल होणी आ कि मैं मेरे पुत नू बहुत मिच करना। अरे तू तो गुच्चे होगी मेरी डड्डीए डड्डीए डड्डीए। हाँ जी हाँ जी, सत श्री अकाल जी, की हाल चाल जी। अज हैगा अपना रोड टू अमेरिका सीरीज द एपीसोड 1। ਇਹ ਸੀਰੀਜ਼ ਦਾ ਨਾਂ ਸੁਣ ਕੇ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਹ ਸੀਰੀਜ਼ ਕਾਹਦੇ ਬਾਰੇ ਆ। ਜਿਹੜੇ ਸਾਡੇ ਵਲੌਗ ਰੈਗੂਲਰਲੀ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਇਹ ਸੀਰੀਜ਼ ਕਾਹਦੇ ਬਾਰੇ ਆ ਤੇ ਕਿਹਦੇ ਬਾਰੇ ਆ, ਤੇ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਮੈਂ ਦੱਸਦਾ ਕਿ ਇਹ ਸੀਰੀਜ਼ ਦਾ ਹੀਰੋ ਮੈਂ ਨਹੀਂ ਹੈਗਾ, ਹੀਰੋ ਕੋਈ ਹੋਰ ਆ, ਉਹਦੇ ਨਾਲ ਆਪਾਂ ਤੁਹਾਨੂੰ ਮਿਲਾਉਂਦੇ ਆ। ਤੇ ਇਹ ਸੀਰੀਜ਼ ਦੇ ਐਪੀਸੋਡ ਘੱਟੋ ਘੱਟ 6-7 ਬਣਨਗੇ, ਤੇ ਸੀਜ਼ਨ ਇਹਦੇ 3 ਆਉਣਗੇ। ਇਹ ਪਹਿਲਾ ਸੀਜ਼ਨ ਆ, ਦੂਜੇ ਸੀਜ਼ਨ 'ਚ ਇਹਦਾ ਹੀਰੋ ਕੋਈ ਹੋਰ ਹੋਊਗਾ, ਤੇ ਤੀਜੇ ਸੀਜ਼ਨ 'ਚ ਇਹਦਾ ਹੀਰੋ ਮੈਂ ਤੇ ਪਵਨ ਹੋਵਾਂਗੇ। ਮਤਲਬ ਮੈਂ ਹੀਰੋ, ਪਵਨ ਹੀਰੋਇਨ, ਤੇ ਆਪਣਾ ਛੋਟਾ ਉਸਤਾਦ ਇਹਨੂੰ ਕੀ ਹੋਊਗਾ, ਇਹ ਵੀ ਹੀਰੋ ਹੀ ਹੋਊਗਾ ਮਤਲਬ। ਤੇ ਬਾਕੀ ਹੁਣ ਆਪਾਂ ਇਹ ਸੀਰੀਜ਼ ਇਹ ਸੀਜ਼ਨ ਕਰਦੇ ਆ ਇੱਥੋਂ ਹੀ ਸ਼ੁਰੂ, ਤੇ ਚਲੋ ਵੀ ਆਪਣੀ ਪੈਕਿੰਗ ਸ਼ੈਕਿੰਗ ਸਾਰੀ ਡਨ ਆ। ਵੈਸੇ ਮੈਨੂੰ ਪਤਾ ਨਹੀਂ ਹੈਗਾ ਕਿ ਇਹ ਵਲੌਗ ਕਿਹੜੇ ਮਹੀਨੇ ਆ ਰਿਹਾ ਹੋਊਗਾ, ਬਟ ਹੁਣ ਮਹੀਨਾ ਚੱਲਦਾ ਜੂਨ ਦਾ, ਤੇ ਅੱਜ ਤਰੀਕ ਹੈਗੀ ਆ 12। ਤੇ ਜਿਹੜੀ ਮੇਰੇ ਲਈ ਸਭ ਤੋਂ ਔਖੀ ਗੱਲ ਆ ਕਿ ਮੈਂ 7 ਦਿਨ ਆਪਦੇ ਪੁੱਤ ਤੋਂ ਦੂਰ ਰਹਿਣਾ, ਉਹ ਤੁਹਾਨੂੰ ਇਮੋਸ਼ਨਸ ਉਹ ਵੀ ਦੇਖਣ ਨੂੰ ਮਿਲਣਗੇ। ਸੋ ਇਹ ਟ੍ਰਿਪ ਦੇ ਵਿੱਚ ਇਮੋਸ਼ਨਸ ਬਹੁਤ ਆਉਣੇ ਆ, ਖੁਸ਼ੀ ਬਹੁਤ ਆਉਣੀ ਆ। ਵੈਸੇ ਖੁਸ਼ੀ ਹੋਈ ਆ, ਦੇਖੋ ਗਮ ਨਾ ਆਜੇ ਬਾਈ, ਪਟਾਕਾ ਹੀ ਪੈ ਜੂ। ਹੋਰ ਜਿਹੜੇ 7 ਦਿਨ ਬਚਾਉਂਦੇ ਸੀ ਉਹ ਸੱਚੀ ਜਾਂਦੇ ਲੱਗਣ। ਚਲੋ ਕੋਈ ਨਾ, ਬਾਬਾ ਭਲੀ ਕਰੂ। ਹਾਂ ਇਸ ਵਾਰੀ ਮੈਂ ਘਰੋਂ ਇਕੱਲਾ ਚੱਲਿਆ ਵਾਂ, ਬਸ ਮੇਰੇ ਤਾਂ ਆਹੀ ਕੱਪੜੇ ਆ ਬਾਈ। ਜੇ ਅਸੀਂ 3 ਹੀ ਜਾਂਦੇ ਹੁੰਦੇ ਆ ਫਿਰ ਸਾਡੀ ਗੱਡੀ ਪੂਰੀ ਫੁੱਲ ਹੁੰਦੀ ਆ। ਕਿਉਂਕਿ ਜਿਹੜਾ ਆਪਣਾ ਸੀਰੀਜ਼ ਦਾ ਹੀਰੋ ਆ ਪਿਛਲੇ 6-7 ਸਾਲਾਂ ਤੋਂ ਗਵਰਨਮੈਂਟ ਜੋਬ ਤੇ ਆ, ਤੇ 6-7 ਦਿਨਾਂ ਬਾਅਦ ਉਹਨੇ ਹੋਮ ਮਿਨਿਸਟਰੀ ਜੋਬ ਤੇ ਲੱਗ ਜਾਣਾ। ਉਹ ਮੈਨੂੰ ਕਹਿੰਦਾ ਨਾ, ਕਹਿੰਦਾ ਮੈਂ 6-7 ਦਿਨ ਪੂਰਾ ਫਨ ਕਰਨਾ ਤੇ ਇੱਕ ਰੋਡ ਟ੍ਰਿਪ ਕਰਨੀ ਆ, ਤੇ ਮੈਂ ਉਹਨੂੰ ਪ੍ਰੋਮਿਸ ਕੀਤਾ ਬਈ ਦੇਖ ਤੇਰਾ ਕੰਮ ਸਿਰੇ ਚੜੂ ਪਤਾ ਹੀ ਨਹੀਂ ਚੜੂ, ਬਟ ਇੱਕ ਗੱਲ ਦੀ ਗਰੰਟੀ ਲੈਨੇ ਆ ਕਿ ਤੂੰ ਇਹ 6-7 ਦਿਨ ਫਨ ਪੂਰਾ ਕਰੇਂਗਾ। ਕਿਉਂ ਵੀ ਸਹੀ ਬਾਤ ਹੈ ਕਿ ਜਿਹੜੀ ਚੀਜ਼ ਸਾਡੇ ਹੱਥ 'ਚ ਆ ਉਹ ਅਸੀਂ ਪੂਰੀ ਐਸ਼ ਨਾ ਕਰਾਵਾਂਗੇ, ਬਾਕੀ ਸਭ ਉਹ ਬਾਬੇ ਦੇ ਹੱਥ ਆ। ਤੇ ਇਸੇ ਲਈ ਅਸੀਂ ਜਿੱਥੇ ਹੁਣ ਚੱਲੇ ਆ ਬਾਏ ਰੋਡ ਚੱਲੇ ਆ, ਮੈਂ ਤੁਹਾਨੂੰ ਦੱਸ ਹੀ ਦਿੰਦਾ, ਅਸੀਂ ਚੱਲੇ ਆ ਬੰਬੇ। ਬੰਬੇ ਆਪਣੇ ਹੀਰੋ ਦੀ ਹੈਗੀ ਆ ਇੰਟਰਵਿਊ। ਇੰਟਰਵਿਊ ਕਾਹਦੇ ਲਈ ਆ? ਅਮਰੀਕਾ ਜਾਣ ਲਈ। ਹਾਂਜੀ ਵੈਸੇ ਸਾਰੇ ਜਣੇ ਬਾਏ ਪਲੇਨ ਜਾਂਦੇ ਹੁੰਦੇ ਆ, ਬਟ ਉਹ ਕਹਿੰਦਾ ਉਹਦੀ ਖੁਆਇਸ਼ ਇੱਕ, ਕਹਿੰਦਾ ਮੈਂ ਅਮਰੀਕਾ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਰੋਡ ਟ੍ਰਿਪ ਕਰਨੀ ਆ। ਮੈਂ ਯਾਰ ਚੱਕਰੀ ਕੋਈ ਨਹੀਂ, ਮੁੰਡਾ ਸਾਡਾ ਹੈਰਾਨ ਹੀ ਹੋਇਆ। ਮਤਲਬ ਇਹ ਟ੍ਰਿਪ ਦਾ ਹੀਰੋ ਕੋਈ ਹੋਰ ਆ, ਤੇ ਮੈਂ ਪਤਾ ਕੌਣ ਆ? ਡਰਾਈਵਰ। ਡਰਾਈਵਰ ਮੈਂ ਕਿਤੇ ਕਹੂੰਗੀ ਡਾਇਰੈਕਟਰ ਆ। ਅੱਜ ਤਾਂ ਗੱਡੀ 'ਚ ਸਮਾਨ ਧਰਨ ਨੂੰ ਵੀ 2 ਸਕਿੰਟ ਹੀ ਲੱਗਿਆ, 2 ਮਿੰਟ ਵੀ ਨਹੀਂ ਕਹਿ ਸਕਦਾ। ਚੰਗਾ ਵੀ, ਬਾਏ ਬਾਏ, ਟਾਟਾ। ਮਤਲਬ ਮੈਂ ਚਾਹ ਪੀਣੀ ਆ ਫਿਰ ਜਾਊਂਗਾ, ਤੂੰ ਨਾਲ ਜਾਣਾ ਗੱਡੀ 'ਚ? ਹੁਣ ਇਹਨੂੰ ਗੱਡੀ ਦਿੰਦੀ ਆ। ਹਾਏ 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 ਪੁੱਤ, ਹੁਣ 6-7 ਦਿਨ ਤੂੰ ਘਰੇ ਰਹਿਣਾ ਵਾ, ਹੁਣ ਕੋਈ ਗੱਡੀਆਂ ਗੁੱਡੀਆਂ 'ਚ ਨਹੀਂ ਘੁੰਮਣਾ ਤੈਂ। ਤੂੰ ਬਾਹਰ ਜਾ ਕੇ ਰੋਂਦਾ ਹੁੰਦਾ ਸੀ ਨਾ, ਹੁਣ ਘਰੇ ਰਹੀ। ਚੱਲ ਚੱਲੀਏ, ਚੱਲ ਚੱਲੀਏ, ਤੂੰ ਨਾਲ ਚੱਲੀਏ ਫਿਰ ਮੇਰੇ ਨਾਲ ਜਾਣਾ ਫਿਰ ਮੇਰੇ ਪੱਕੀ ਗੱਲ ਗੱਡੀ ਜਾਣਾ ਤੇ ਇਹਨੂੰ ਤਾਂ ਗੱਡੀ ਹੋ ਜਾਂਦੀ ਆ। ਹੁਣ ਇਹਨੂੰ ਹੁਣ ਗੱਡੀ ਦਾ ਭੁੱਸ ਪੈਣ ਲੱਗ ਗਿਆ ਬਈ। ਬਾਏ ਰਣਸ਼ੇਰ।
वैसे जवाक नूं इन्ना पता लगता तो हुंदा नहीं, बट अज रणशेर सवेर दे मेरे वल देखी जांदा या मैनूं देख के हसी जांदा जिवें इहनूं आए हुंदा वा कि इहनूं पता लग रिहा कि मैं चलिया वां। हां पुत कहिंदा चक मैनूं। हां जी हुण तां तैनूं 6 दिनां बाद चकूंगा, 7 दिनां बाद। अज गर्मी वाली तां अग ही वरदी आ, जिधर नूं असीं जाणा वा उधर नूं टैंपरेचर हाई हुंदा जाणा वा। अज आ गड्डी लैके जाणी आ, पिछले किन्ने दिनां तों मैं स्कॉर्पियो चला रिहा, चला ही नहीं रिहा, अज आ लैके जाणी आ। वाहिगुरू सच्चा पातशाह मेर रखियो। आपां ट्रिप मीटर कर दिए 0। चलो जी अपना ट्रिप ए हो गया 0 ते हुण देखदे आं आपां किन्ने किलोमीटर जाके आउने आ। वाहिगुरू सच्चा पातशाह मेर करियो। ऐसन क्या शक्ल बनाई है रे, ओ कोई ना मैं हुण गया ते हुण आया। 6 दिन किन्ने क हुंदे आ? देखो जिंदगी तेनू मैं की गल सिखाई है कि हर रिश्ता इंपोर्टेंट हुंदा, मां प्यो भी, भैन भाई भी, घर वाली भी, जवाक भी, यार दोस्त भी। हुण जे यार दोस्त ने कहा सी कि मेरा इह मन दा चाह वा कलर हिली जांदे बई कैमरे तां ही चक्कर पै कोई। चलो कोई नहीं, उत्थे बैठ के सेटिंग कर लियो जाके। रणशेर पूरे हाथ कढ़न लग्या होया। हां पुत बाय बाय, हस के दिखा दे, हस के दिखा दे मेनू, इधर देख। हैची हैची, हाँ जी चलो ठीक है, बाय बाय, सी यू आफ्टर 6 डेज, बाय बाय। बाय 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 बाय। टाइम शाम दे 7 बज गए ते हुण चलिया आपां अपने हीरो दे घरे ते अज रात नूं उत्थे ही रहांगे ते कल नूं सवेरे साजरे सूरज दीआं पहलीआं किरणां दे नाल आपां अपने सफर दी शुरुआत करांगे। जिहड़ा सराबे तों रायकोट रोड जांदा है बंद आ भाई, लंघ जू। जिहड़ा सराबे तों रायकोट नूं रोड जांदा है बंद आ, जिहड़ा इधर नूं हलवारे नूं जांदा टुट्टिया वाला होया वा, हुण इहने टाइम खराब करा देना। अपने घर तो अपने हीरो का घर है 66 किलोमीटर पूरे, 66.6 किलोमीटर। हुण टाइम आ गया थोनू सीरीज दे हीरो नाल मिलाउण दा। वेलकम सर। जे तां असीं टाइम नाल बॉम्बे पहुंच गए फिर तां इह सीरीज दा हीरो आ, ते जे असीं टाइम नाल ना पहुंचे फिर इह आपदी घरवाली दी निगाह च विलन आ, क्योंकि टाइम थोड़ा ही रह गया ते बॉम्बे बहुत दूर आ। मजा आएगा वीडू। अपनी कहानी का तीजा स्टार आ चुका है यार, पिछे नहीं सॉरी। कोई ना, आज मैं रिलैक्सा लो टी-शर्ट चा कालू तू वे जी, बैग बड्डा तो नहीं है यार, मैं तो पता नहीं कि कोई पा लिया। थानू मैं गल दसदा, सारे जने पिछे बैठन नु भजणगे, हुण तुसीं कहणा मैं मूरे बणा ना, सारे जने पिछे बैठन नु भजणगे जिन्नी अपनी बाट आ। टी-शर्टां लैणियां ने ना, वाग लोगा पैसा तो नहीं खर्चदे, नवा लेके जरूर आ। साडे हीरो ने सब तो बाद पैकिंग करी है, ते पैकिंग पता कैसे करी है? मेरे ते जीत दे बैग च। मेरा खुद दा बैग है, जीत दा बैग ओके। मतलब कट के समान साडे बैगां जो कीते एडजस्टमेंट तां वी दो ही बैग लेके जाने आ, क्योंकि असीं जाणा वा थार च, थार च समान दी हैगी आ प्रॉब्लम, गड्डी है नहीं ना।
ਗੱਡੀਆਂ ਖੜਾ ਲਓ ਘਰੇ ਸਾਲਿਓ ਆਪਣਾ ਤਾਂ ਟ੍ਰਿਪ ਦੇ ਕੋਈ ਕੰਮ ਆ ਨਜ਼ਾਰੇ ਲੈਣੇ ਆ ਕਾਹੀ ਪੱਤਰ ਤੂੰ ਪੂਰੇ ਕਰ ਲੈ ਵੀਰੇ ਸਾਡੀ ਕਿਹੜੇ ਇੰਜ ਨਹੀਂ ਹਾਂ ਅੱਜ ਤਾਂ ਫ੍ਰੀ ਦਾ ਖਾਣਾ ਵਾ ਸੂਰੇ ਤੋਂ ਲੱਗ ਕੇ ਖਾਣਾ ਰਾਤ ਸਾਡਾ ਪਲਾਨ ਬਣਿਆ ਵੀ 3:30 ਤੁਰਨਾ काशी शिमले चले बॉम्बे चले 1800 किलोमीटर अपने फिक्र आप ही नहीं फिक्र कर दिया चलो चलो अपना चलिया अमरीका बाला चा भाई ओए इना चा साला इना चा बाकी अमरीका जाके पता लगू भाई ओए काशी दी सौगात ये रो रो करदा बड़ा रात नूं जुग लोग काशी तेरी सौगात काशी दे एल्बम दे को वापस ना मोड़ देना ते अद्धा अद्धा नंबर दा इच दो जाली तरीके नाल अमरीका गया होया कट कट बाकी सारा समान दा लोट आ गया आ एल्बम दा चक्कर आ मैं कहना घर ही छड़ जाने बरनाले तो मुंबई है 1649 किलोमीटर जिन लगन गए एक दिन 4 घंटे वाहेगुरु 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 देख ला भाई मेरे को फाइल सारी है गया। नहीं मैं ओके नहीं बस वो तो वीरे इंदौर पहुंच के उठ जा ओ मैं तो ना फिर वीरे ज्यादा कल करूंगा क्योंकि ऐसे आज चले हैं गड्डी दी चले हैं ਹੁਣ ਆਪਣਾ ਫਿਲਹਾਲ ਦਾ ਪਲਾਨ ਤਾਂ ਇਹ ਹੀ ਆ ਕਿ ਅੱਜ ਅਸੀਂ 8-900 ਕਿਲੋਮੀਟਰ ਗੱਡੀ ਚਲਾਵਾਂਗੇ ਤੇ ਫਿਰ ਕਿਤੇ ਰੈਸਟ ਕਰ ਲਾਂਗੇ ਤੇ ਕੱਲ ਨੂੰ ਫਿਰ ਜਿਹੜਾ ਬਾਕੀ 800 ਕਿਲੋਮੀਟਰ ਹੋਊਗਾ ਉਹ ਤੈਅ ਕਰਾਂਗੇ ਤੇ ਬਾਕੀ ਮੂਡ ਤੇ ਡਿਪੈਂਡ ਆ ਵੀ ਸਿੱਧਾ ਹੀ ਬੰਬੇ ਜਾ ਸਕਦੇ ਆ ਕਿਵੇਂ ਜਬਾਨੋ ਜਿਹੜੇ ਮੇਰੇ ਨਾਲ ਦੇ ਬੰਦੇ ਹੋਰੇ ਢਿੱਲੇ ਹੀ ਆ ਇੱਕ ਤੋਂ ਥੱਕ ਵੀ ਗਿਆ ਉਹ ਤੁਸੀਂ ਆਰਾਮ ਨਾਲ ਬਹਿ ਜਾ ਮੈਂ ਤਾਂ ਬਹਿ ਹੋ ਕੇ ਸਾਹ ਲੂੰਗਾ ਤੁਸੀਂ ਬੈਠੋ ਆਰਾਮ ਨਾਲ ਤੁਸੀਂ ਆਰਾਮ ਨਾਲ ਬਹਿ ਜਾ ਮੈਂ ਤਾਂ ਬਹਿ ਹੋ ਕੇ ਸਾਹ ਲਗਾ ਵਾ ਓਏ ਕਾਸ਼ੀ ਤੇਰੇ ਬਾਈ ਕਾਸ਼ੀ ਵਾਹ ਜਿੱਤਰੇ ਪਹਿਲੀ ਵਾਰ ਕਰਾਉਣ ਲੱਗੇ ਆ ਟੈਂਕੀ ਫੁੱਲ ਮੈਨੂੰ ਲੱਗਾ 4-5 ਵਾਰੀ ਤਾਂ ਹੋਊ 4997 ਤੇ ਡੀਲ ਪੈ ਗਿਆ ਪਹਿਲੇ ਝਟਕੇ ਤੀਏ ਝਟਕੇ ਡੀਲ ਵੱਧ ਪਵੇ ਨਹੀਂ ਯਾਰ ਆ ਜੇ ਓਏ ਤੀਜੀ ਵਾਰੀ ਮੇਰੇ ਵੀਰ ਦੀ ਹੈ ਜਲਦੀ ਟੋਡੀ ਤੇ ਕਾਜੀ ਕਰ ਲੱਗ ਜੀ ਜਿਸ ਸਾਲ ਨਾ ਲੋ ਪੈਸਾ ਨਾ ਇਹਦੇ ਪੰਪ ਲਾ ਲੈਣਾ ਇਹ ਪੰਪ ਲਾ ਲਾਂ ਪਰ ਇਹ ਉਹ ਕਹਿੰਦੇ ਨਹੀਂ ਹੁੰਦੇ ਜਿਹੜਾ ਬੰਦਾ ਜਿੰਨਾ 4 ਪੈਸੇ ਹੋਣ ਜਿਹਦੇ ਕੋਲ ਉਨੇ ਹੀ ਕੰਜੂਸ ਹੁੰਦਾ ਹਾਂ ਤੇ ਪੰਪ ਲੱਗਦਾ ਵੀ ਤਾਂ ਹੀ ਹੈ ਹਾਂ ਪੰਪ ਲੱਗਦਾ ਵੀ ਆਪਣੇ ਅਰਗੇ ਦੇ ਪੰਪ ਤਾਂ ਹੀ ਲੱਗਣੇ ਨਹੀਂ Thank you.
ਚੱਪੜਗੜ ਕਹਿੰਦੇ ਹਲੇ 100 ਕਿਲੋਮੀਟਰ ਕਹਿੰਦੇ ਹਲੇ 100 ਕਿਲੋਮੀਟਰ ਆਇਆ ਤੇ ਮੁੰਡਿਆਂ ਨੂੰ ਘਬਰਾਟਾਂ ਛੜ ਗਈਆਂ ਘਬਰਾਟਾਂ ਚੀਅਰਸ ਚੀਅਰਸ ਬ੍ਰੋ ਕੀ ਚੱਕਰ ਹੈ ਬਾਈ ਇੰਨੀਆਂ ਘਬਰਾਟਾਂ ਛੜੀ ਜਾਂਦੀਆਂ ਨੇ ਇੰਨਾ ਘਬਰਾਟ ਤੈਨੂੰ ਅਮਰੀਕਾ ਜਾਣ ਦੀ ਯਾਰ ਕੁਛ ਨੀ ਕਹਿੰਦੇ ਆਪਣਾ ਵੱਡਾ ਉੱਥੇ ਹੀ ਆ ਕੁਛ ਨੀ ਕਹਿੰਦੇ ਸਾਡਾ ਵੱਡਾ ਉੱਥੇ ਹੀ ਆ ਪਹਿਲਾਂ ਨਹੀਂ ਸੀ ਮੈਨੂੰ ਮੈਂ ਤੈਨੂੰ ਦੱਸਦਾ ਕੱਲ ਸਾਡੇ ਪਿੰਡ ਦੋ ਅਮਰੀਕਾ ਡਿਪਟੀ ਦਾ ਮੈਂ ਹੁਣ ਦੋ ਤਿੰਨ ਦਿਨਾਂ ਲਈ ਬਾਹਰ ਗਿਆ ਹੋਇਆ ਜੀ ਥੋੜਾ ਜਿਹਾ ਤੇ ਫਿਰ ਜਦ ਆ ਗਿਆ ਜਦੋਂ ਮੈਂ ਉਦੋਂ ਚੱਲਿਆ ਵਾਂ ਜੀ ਦਾ ਕੋਈ ਬੰਦਾ ਉੱਥੇ ਹੋਇਆ ਨਾਲ ਦਾ ਜੀ ਮਾੜਾ ਮੋਟਾ ਸਾਹਮਣੇ ਦੇਖਦਾ ਵੱਡੇ ਦਰਾਂ ਧੁੱਪ ਇੰਨੀ ਕੁ ਤਿੱਖੀ ਆ ਸੜਕ ਤੇ ਐਂ ਲੱਗਦਾ ਕੱਚ ਪਿਆ ਹੁੰਦਾ ਵਾ ਮਤਲਬ ਵੀਡੀਓ ਦਿੰਦਾ ਨਹੀਂ ਹੈਗਾ ਬਟ ਝਮਕਾਂ ਕੱਚ ਦੀਆਂ ਪੈਂਦੀਆਂ ਨੇ ਹੁਣ ਅਸੀਂ ਨੈਸ਼ਨਲ ਹਾਈਵੇ 152 ਡੀ ਚੜ ਕੇ ਇਹ ਹੈਗਾ ਐਕਸਪ੍ਰੈਸ ਵੇ ਇੱਥੇ ਹੈਗੀ ਆ 100 ਦੀ ਸਪੀਡ 100 ਦੀ ਪਤਾ ਨਹੀਂ 110 ਦੀ ਆ 113 ਬਈ ਰਾਤ ਆ ਜਮਾਂ ਹੀ ਬੋਰਿੰਗ ਹੋਈ ਜਾਂਦਾ ਤੇ ਨਾ ਹੀ ਕੋਈ ਢਾਬਾ ਢੂਬਾ ਦਿਖਦਾ ਵਾ ਲੱਗਦਾ ਡਿਨਰ ਹੀ ਉੱਚੀ ਬੋਲਣਾ ਮੜਾ ਯਾਰ ਯਾਰ ਜਿੰਨੀ ਕੁ ਬਾਜ ਆ ਨਹੀਂ ਦੁਬਾਰਾ ਬੋਲਦਾ ਮੈਂ ਹੁਣ ਤਾਂ ਲੱਗਦਾ ਡਿਨਰ ਹੀ ਹੋਊਗਾ ਲੱਗਦਾ ਤਾਂ ਹੀ ਆ ਪਹਿਲੀ ਬ੍ਰੇਕ ਲਈ ਆਪਾਂ ਪੂਰੇ 350 ਕਿਲੋਮੀਟਰ ਬਾਅਦ ਹੁਣ ਬੰਬੇ ਰਹਿ ਗਿਆ 1255 ਕਿਲੋਮੀਟਰ ਜੋਧਾਂ ਤੋਂ ਤਾਂ ਆਪਾਂ ਆ ਗਏ 430 ਬਾਹਰ ਤਾਂ ਵੀ ਅੱਗ ਹੀ ਵਰਦੀ ਆ ਕਹਿੰਦੇ ਗੱਡੀ ਦੀ ਖੁੱਲੀ ਆ ਨਹੀਂ ਕਹਿੰਦੇ ਸਵੇਰੇ ਤਿਆਰ ਹੋ ਕੇ ਬੈਠੋ 6 ਘੰਟੇ ਬਾਅਦ ਆ ਰਿਹਾ ਕੀ ਹਾਲ ਹੋ ਗਿਆ ਫੁੱਟ ਬਾਰ ਸਾਰੇ ਭਾਈ ਤੇਰੀ ਇੰਟਰਵਿਊ ਆ ਤੂੰ ਅਮਰੀਕਾ ਚੱਲਿਆ ਨਰਜੀ ਚਾਜਾ ਮੜਾ ਮੋਟਾ ਯਾਰ ਯਾਰ ਦੇਖ ਮਰਕਾਸੀ ਤੂੰ ਕਰੋੜਪਤੀ ਬਣ ਜਾਏ ਐਦਾਂ ਪੋਸਟ ਵੀ ਗਿਆ ਤੇ ਮੈਂ ਕੁਛ ਕਹਿਣਾ ਹੀ ਨਹੀਂ ਉਹ ਮੈਂ ਕਿਹਾ ਤਾਂ ਕਰੋੜਪਤੀ ਸੀ ਪਰ ਸਾਊਂਡ ਆਇਆ ਕਿਤਾ ਕਰੋੜਪਤੀ ਨਹੀਂ ਚਲੋ ਠੀਕ ਆ ਵੀ ਹੁਣ ਟਾਈਮ ਟੂ ਈਟ ਸਮ ਰੋਟੀ ਤੇ ਫਿਰ ਦੇਖਦੇ ਹਾਂ ਢਾਬਾ ਸਾਨੂੰ ਐ ਵਧੀਆ ਹੀ ਮਿਲ ਗਿਆ ਹਾਂ ਗੱਡੀ ਆਪਣੇ ਨਿਗਾਹ ਦੇ ਸਾਹਮਣੇ ਹੀ ਆ ਉੱਥੇ ਖੜੀ ਆ ਢਾਬਾ ਸੋਹਣਾ ਪੂਰਾ ਉਹ ਯਾਰ ਖੜ ਜਾਂਦੇ ਬਾਈ ਸਬਰ ਕਰ ਲੈਂਦੇ ਯਾਰ ਸ਼ਾਰਟ ਲੈਣਾ ਸੀ ਯਾਰ ਭੁੱਖ ਲੱਗ ਰਹੀ ਆ ਬਹੁਤ ਇੱਕ ਮੰਗਾਈ ਦਾਲ ਮੱਖਣੀ ਆ ਕਿਹੜਾ ਪਨੀਰ ਆ ਲਬਾਬਦਾਰ ਸ਼ਕਲਾਂ ਤੋਂ ਲੱਗਦਾ ਹੀ ਆ ਵੀ ਲਬਾਬਦਾਰ ਹੀ ਹੋਊਗਾ ਇਹਨਾਂ ਦੀ ਸ਼ਕਲਾਂ ਤੋਂ ਵੀ ਲਬਾਬਦਾਰ ਖਾਣ ਵਾਲੀ ਆ ਇਹ ਚਲੋ ਬਾਈ ਸੰਗਰੂਰ ਸੰਗਰੂਰ ਤੋਂ ਜੀਨ ਤੋਂ ਰੋਹਤਕ ਬਾਈਪਾਸ ਹੁੰਦੇ ਹੋਏ ਨਰਨੌਲ ਤੋਂ ਗਾਹਾਂ ਕੋਟਪੁਤਲੀ ਹੁਣ ਇੱਦੂ ਗਾਹ ਸਾਡੇ ਕੋਲ ਦੋ ਆਪਸ਼ਨਾਂ ਨੇ ਜਾਂ ਤਾਂ ਅਸੀਂ ਗੁਜਰਾਤ ਵੱਲ ਦੀ ਜਾਈਏ ਜਾਂ ਅਸੀਂ ਐਮਪੀ ਵੱਲ ਦੀ ਜਾਈਏ ਐਮਪੀ ਵੱਲ ਵੀ ਦੋ ਰਾਹ ਨੇ ਜਾਂ ਤਾਂ ਕੋਟੇ ਵੱਲ ਦੀ ਜਾਈਏ ਜਾਂ ਫਿਰ ਉਹ ਚਿਤੌੜਗੜ੍ਹ ਰਤਲਾਮ ਮਤਲਬ ਦੋ ਤਿੰਨ ਮੈਂ ਉਦੋਂ ਗਿਆ ਸੀ ਪਿਛਲੀ ਵਾਰੀ ਹਜ਼ੂਰ ਸਾਹਿਬ ਗਿਆ ਸੀ ਉਹ ਰਾਹ ਟੁੱਟਿਆ ਹੋਇਆ ਸੀ 100 ਕਿਲੋਮੀਟਰ ਜੇ ਉਹ ਆ ਗਿਆ ਉਹ ਤਾਂ ਫਿਰ ਸਰੀਰ ਭੰਨ ਦਿੰਦਾ ਯਾਰ ਹੁਣ ਡਿਸਾਈਡ ਕਰੋ ਵੀ ਐਮ ਪੀ ਵੱਲ ਦੀ ਜਾਈਏ ਜਾਂ ਫਿਰ ਗੁਜਰਾਤ ਵਾਲਾ ਗੁਜਰਾਤ ਵਾਲਾ ਰਾਹ ਪੂਰਾ ਟਿਪ ਟੋਪ ਚੌਵੀ ਘੰਟੋ ਘੰਟ 4-lane ਰੋਡ ਕੋਟਾ ਚੱਲੀਏ ਕੋਟਾ ਜਿਹੜਾ ਇੱਕ ਰਹਿ ਗਿਆ ਉਹ ਵੀ ਚੈੱਕ ਕਰ ਲਾ ਹੁਣ ਤੀਜੀ ਵਾਰ ਹਾਂ ਨਾ ਵੀ ਹੁਣ ਕੋਟੇ ਵੱਲ ਚੱਲਦਾ ਨਵਾਂ ਰੋਡ ਚਲ ਨਵਾਂ ਐਡਵੈਂਚਰ ਰਾਜਸਥਾਨ ਦੇ ਵਿੱਚ ਸਾਨੂੰ ਯੂਪੀ ਦੇ ਸਬਸਕ੍ਰਾਈਬਰ ਮਿਲੇ ਜ਼ਿਲ੍ਹਾ ਗਾਜ਼ੀਆਬਾਦ ਤੋਂ ਨਜ਼ਾਰਾ ਆ ਗਿਆ ਆਈ ਐਮ ਵੈਰੀ ਹੈਪੀ ਹੁਣ ਸੁਣਾਓ ਗੱਲਾਂ ਬਾਈ ਆਈ ਐਮ ਵੈਰੀ ਹੈਪੀ
ਇਹ ਸਾਡਾ ਪਤਾ ਹੀ ਨਹੀਂ ਕਹਿੰਦਾ ਮੈਂ ਸਟਾਪ ਆ ਕਦੇ ਤਾਂ ਫੋਟੋ ਸ਼ੂਟ ਕਰਾਉਣੀ ਆ ਕਦੇ ਤਾਂ ਨਿੰਬੂ ਪਾਣੀ ਪੀਣਾ ਕਦੇ ਤਾਂ ਪਾਣੀ ਲੈਣਾ ਕਦੇ ਤਾਂ ਫੋਨ ਦਾ ਅਡਾਪਟਰ ਲੈਣਾ ਤੂੰ ਇੰਟਰਵਿਊ ਦੇਣੀ ਆ ਕਿ ਨਹੀਂ ਦੇਣੀ ਠੰਡਾ ਲੈ ਫਿਰ ਠੰਡਾ ਲੈ ਕੋਕ ਰਾਜਾ ਜੀ कुछ चाहिए और वाह व्यू बड़ा सोहना वा ते नाल माहौल पूरा वधिया बनाया होया मौसम तां जमा ही अत अत ते कहिंदे हुंदे आ उहनूं गर्मी कहिंदे हुंदे आ नहीं गड्डी दी गल कर रहे जे मौसम सोहना होंदा भी बड़ा ही नजारा होना सी बड़ा ही सोहना व्यू आ हुण तां बाहर निकलण नूं जी नहीं कर रहा मैं कहना घंटे का वेट कर लैंदे आ चलते आ असी जयपुर पहुंच गए इत्थे मैं एक चीज नोट की आ पंपां ते अपने इलैक्ट्रिक कारां लई चार्जर की सुविधा हैगी आ फायदे वाली गल आ गड्डी लै ला हुण जी तो आप जयपुर तक आ सकते हैं इलैक्ट्रिक कि होंगी है वह लै ली जी 45 लाख की आँगी मेरी गल सुन लैने की औखी आ भाई अमरीका चलिया पैसे आप ही भेजू हाँ तो उदू बाद एक टाइम यह जाऊगा मेरे चार ही भाई बार मिसल हो गए फिर मेरे तक गड्डी करोड़ वाली बन गया डिफेंडर जी 25 लाख तेरा 25 तेरा 25 सनी का 25 मास्टर का पहला जरा जान वास्ते 25 लाख चाहिए वह दे बाद लै ली कदे कदे मैं तेरी गल जमें पसंद नहीं होंगी मैनू आप ही नहीं पसंद जी मैनू भी लगता पता नहीं क्यों बोल गया धक्का ही फस गया काशी व्यू देख ना सुना टाइम शाम के 7 बज गए तो अभी 700 किलोमीटर बाट तय कर ली भीलवाड़े तो 70 किलोमीटर पिछे हाँ तो अभी सोचा भाई नीम च जाके अच्छे रुक जाएंगे असं रूट यही लिया वा भीलवाड़े तो नीम च नीम तो मंदसौर मंदसौर तो चित्तौड़गढ़ मतलब 3-4 शहर क्रॉस करके फिर असं इंदौर वाल हो के फिर बॉम्बे जावे लैंडस्केप बहुत सोहना लग रहा बट नेरी बहुत चल रही है मिट्टी उड उड अखा च पैंदी है टाइम शाम के 7 बज गए असी बरनाले तो टाइम शाम के 7 बज गए असी बरनाले तो 700 किलोमीटर आ गए तो इतों हूँ बिलवाड़ा कितना रह गया भीलवाड़ा 58 रह गया बस बाद उदू बाद 200 किलोमीटर गड्डी होर चलावे उदू बाद कि रेस्ट कर लेंगे हूँ असं फिलहाल पीन लगे चाह तो मेरे मगर लैंडस्केप अल्टीमेट जीत जीत कहता मैं तो पतला हो गया बॉम्बे तक जाता जाता काशी यार कुत्ते लाओ नहीं है असि खड़े तो कुछ स्नैक्स खान नु जगे बस ये सिर्फ आही है चाट पापड़ी कोई पापड़ी है नाल प्याज रखते हम मैं नहीं समझ आते प्याज भी खाने प्याज तो समझ मिर्ची भी रखी साथ में गुड्डे और 3 कप चाय 2 चाय मेरी गल सुनो बाद रौला पी जाता इतने पेमेंट मैं देनी है ठीक है अगे तुझे दे दी दिन च एक बार मैं दे दिया करना मेरे तू आप ही रहने दे कोई चक्कर नहीं वैसे आप पेमेंट तेरी बनती है 3 पैकेट बिस्कुटा दे खा गया कहता हूं नहीं मेरा गड्डी च बैठने नूं जी कर रहा बस हूँ एक लास्ट स्केच मारना 100 किलोमीटर हो जाए 150 किलोमीटर हो जाए जिन्ना भी हो गया बस उत्थे आपां एंड कर देना उदू बाद बाकी कल वैसे भी साढ़ा 900 किलोमीटर रह गया बॉम्बे 800 किलोमीटर रह गया आप छड़ देना ठीक है खुश खुश जे तुसी खुश हैं किवें जाना
जे तुसी खुश तो असी खुश, जे तुसी ना खुश तो असी ना खुश, क्यों? चलो चलो जो खोले ताही चल लांगे, छाल मार के बैठिए चल खोल। यार मैं ना सीरीज का हीरो इनू क्या होया, ये तो बोलता ही नहीं। मिलना का हीरो बन दे तेरे इरादे आ, टाइटल चेंज कर दिए, रोड टू न्यूजीलैंड कर दिए। कैमरे दे उत्ते चढ़िया पिया वा यार, पहली टैंकी हो गई भी खत्म, फोन ते भाप जम गई मित्रो। पहली टैंकी हो गई खत्म, हुण दूजी वारी टैंकी भराउण लगी है भी। हुण आपां कित्थे पहुंच गए, नीम च पहुंचण वाले आ। जदों असीं संगरूरों तेल पवाया सी उदों भी नाल प्लांट सी इंडियन ऑयल दा, इत्थे भी नाल प्लांट आ। प्लांट चो तिल पवा रहे अज, मतलब पंप तो प्लांट नेड़े आ, प्लांट नाल नाल भी अपनी लिहा जी। चलो भी बाकी सब बढ़िया है। तेरा बंदा हड़ नाल आया सी एक, ये दो चार जोक जी मार के फिर टिड़ा लेंदा, फिर उठदा वा चार्ज जाके फिर टिड़ा लेंदा। चलो जी हुण पिछे जे टोल टैक्स ते एक गलबात हुई सी मड़ी, अई खड़ गए ताई ऐदन कि मगर अगे मेरे ने कोई राजस्थान आया होया सीगा, ओ सानू ना टोल टैक्स पुछण लग्गा कित्थों आया सीगा पंजाब तों। अगे असीं राजस्थान नूं गए सी, गुरपिंदर नूं मैं कही गया वी तू ना पुछ, कहिंदा भाई आ गए रास्ता सूना तों नहीं। मगर दो ला लिए ईटी सूना ते, और घट्टो घट्ट 70 किलोमीटर सी गड्डी, बहुत भजाई तां जाके मतलब असीं निकले। जदों असीं उत्थे पहुंच गए सीगे अपने जैसलमेर सिटी दे शहर नेड़े आ गया, फिर ओह वापस मुड़ गए, पूरियां गड्डियां मगर लगियां सी। डर ही लगता होंगे दूजी स्टेट जाके, क्यों मित्रों? टाइम रात के साढ़े नौ दस बजे ही टाइम से सेम। दूजी बारी तेल पिया 4400 का, टाइम 11:15 हो गए थे, असं नीम च पहुंच गए, हवा इन्नी कि चल रही है। मैं तुम पुछो ना, पहला मैं गड्डी ना इधर लाने लग गया, बट इधर आ खंभे जे, फिर मैं इधरले पासे लाई, मैं रात को खंभा ना हो जाए। मनो चाहे ना मनो हेरी जो टर्जा तो लगे सुनना सुनना जहा बड़ा ही उत्तम पता की है, रेड अलर्ट एरी है, रेड अलर्ट मैं दस नहीं सकता भी की कादे करके। गूगल कर लियो। नींच रोटी साढ़े आने तो पहला पहुंच गई, क्या बात जी क्या बात। 800 किलोमीटर ट्रैवल कर लिया ते 800 रह गया, अद्धा करता। पहला असं हिम्मत ही हार चले सके, बट अखीरले 100-150 किलोमीटर तो ही कटते, वो चल गह होटल वधिया, वो चल गह होटल वधिया। एक बंदा तो बोलिया नहीं पिछले अद्धे घंटे तो। चल कोई ना, कैसे इंटरव्यू तेरी है साड़ी नहीं सौ जा, बोल फिर क्यों गया, नहीं जाऊंगा मैं, किड्डी गल। एक तो यह बिल आ, दूजा साडा आ बिल आ, बैठा दे आ दे आ दे आ दे आ, झग्गी वाला झग्गी वाला दे। वीडियो रिकॉर्ड कर रहे मास्टर, मैं दिखाऊंगा भी मैं, तुसी कल रात आ बिल आ, बिल एक नंबर दा, एक नंबर दा बिल आ। आहो मैं बिल आ, मैं बिल आ ना, हां कोई डक्का नहीं ने तोड़ना सारी दिहाड़ी, बस कदे अमेज़न दा ट्रक चला लो, कदे सिक्योरिटी गार्ड बन जो, कदे बस आई कुछ ओ काम कर लो भाई काम। बेड तोड़ना एक बहुत वधिया काम आ, देख मेरा वीर किन्ना वधिया कर रहा, बेड तोड़ रहा पिया, पहला ने सीट तोड़ी, इहनू कहिंदे हुंदे काम। तुसीं की यार ट्रक ट्रुक चलाई जांदे हो, की फायदा इहनां च यार, कोई आराम है, सहूलत है कोई?
ਬਾਈ ਟਰੱਕ ਤੇ ਨਹੀਂ ਟੈਂਪੂ ਆ ਰਹੇ।